स्वागत है किसान वीरो तुहाडा सिदक डेयरी फार्मिंग दे विच। किसान वीरो अज जिहड़ी वीडियो बना रहे हैं पिंड जैमल सिंह वाला, ये तपा तहसील ते बरनाले जिले का पिंड, नेड़े दे पिंड आली के रह गया। इथों तपा जे आपां शहर की गल करिए तां सिर्फ 6 किलोमीटर है, सो तपे दे बिल्कुल नेड़े तों ये वीडियो बना रहे हैं। जिहड़े घर चों दसो अज तुहानू वीडियो दिखाउणी है, इत्थे पशु पालन का काम वीर दुध वास्ते भी पशु काफ़ी रखते हैं, नाल व्यापार का काम भी चलता है। अज की वीडियो च 3 मझां जिदे चो 1 गब्बण ते 2 जिहड़ियां ताजियां सूईयां हुईयां मझां ते 4 गब्बण गावां है। पशु दूजे पासे भी दसो बाई की जगह घर दे विच जिथे मेरे ख्याल च भी बाला नहीं तो 10-12 मझां बद्धियां हुईयां, पर इस बरांडे दे विच भी काफ़ी सारे नग तुहानूं दिसणगे क्योंकि मैं पहला दस्सिया भी ये नाल दुध का काम भी वीर करते हैं। अज की वीडियो च विक्री वाले पशु तुहानूं दिखाउणे आ, तुसीं वीडियो नूं एंड तक देखियो, जिन्हों इन्हों चो जिहड़ा भी नग चंगा लगेगा तसली करना थोड़ा काम है, वह तुसीं आके कर सकते हो। आओ शुरुआत करिए दोस्तों गावां वाले पासे तो, फिर मझां तुहानूं जिहड़ियां 3 वह दिखावांगे। ਬਾਈ ਸਤਿ ਸ਼੍ਰੀ ਅਕਾਲ। ਨਾਮ ਦੱਸੀ ਵੀਰ ਆਪਣਾ? ਨਾਮ ਬਾਈ ਗੁਰਵਿੰਦਰ ਸਿੰਘ। ਠੀਕ ਹੈ ਗੁਰਵਿੰਦਰ ਬਾਈ, ਵਪਾਰ ਦਾ ਕੰਮ ਕਰਦਿਆਂ ਨੂੰ ਕਿੰਨਾ ਕੁ ਟਾਈਮ ਹੋ ਗਿਆ? ਵਪਾਰ ਦਾ ਕਰਦਿਆਂ ਨੂੰ ਬਾਈ ਹੋ ਗਏ 2-3 ਸਾਲ। 2-3 ਸਾਲ ਹੋ ਗਏ। ਅੱਛਾ ਪਸ਼ੂ ਜੇ ਟੋਟਲ ਦੇਖੀਏ ਤਾਂ ਮੇਰੇ ਖਿਆਲ ਚ 25-30 ਪਸ਼ੂ ਹੋਣਗੇ ਘਰ ਦੇ ਵਿੱਚ ਦੁੱਧ ਵਾਲੇ। ਦੁੱਧ ਦਾ ਕੰਮ ਪੁਰਾਣਾ ਹੀ ਹੈ? ਹਾਂਜੀ ਪੁਰਾਣਾ ਹੀ ਹੈ ਦੁੱਧ ਦਾ ਕੰਮ। ਅੱਛਾ ਇਹ ਦੁੱਧ ਫਿਰ ਬਾਈ ਕਿੱਥੇ ਪਾਉਣੇ ਹੋ? ਦੁੱਧ ਬਾਈ ਤਪਾ ਮੰਡੀ ਆਪਣੇ ਨੇੜੇ ਪੈਂਦੇ, ਉੱਥੇ ਪਾਉਣੇ। ਤਪਾ ਮੰਡੀ ਪਾ ਕੇ ਆਉਣੇ? ਹਾਂਜੀ ਹਾਂਜੀ। ਠੀਕ ਹੈ। ਅੱਛਾ ਵਪਾਰ ਫਿਰ ਨਾਲ ਸ਼ੌਂਕੀਆ ਚੱਲਦਾ ਰਹਿੰਦਾ ਜਾਂ ਹੁਣ ਸ਼ੌਂਕੀਆ ਜੇ ਚੰਗਾ ਪਸ਼ੂ ਲੈ ਲਈਦਾ, ਜੇ ਕੋਈ ਵਿਕ ਜੇ ਤਾਂ ਵੇਚ ਦੇਈਦਾ, ਨਹੀਂ ਆਪਾਂ ਕਦੇ ਦੁੱਧੇ ਲਾ ਲੈਂਦੇ। ਨਹੀਂ ਫਿਰ ਦੁੱਧੇ ਲਾ ਲੈਂਦੇ। ਠੀਕ ਹੈ। ਅੱਜ ਆਪਾਂ 4 ਗਾਵਾਂ ਜਿਹੜੀਆਂ ਉਹ ਪਹਿਲਾਂ ਦਿਖਾਉਣੀਆਂ। ਪਹਿਲੇ ਨੰਬਰ ਤੇ ਗਾਂ ਤੇਰੇ ਮਗਰ ਹੀ ਖੜੀ ਹੈ ਬਾਈ। ਹਾਂਜੀ। ਕਿੰਨਵਾਂ ਸੂਆ ਸੁੰਦੀ ਹੈ, ਕਿੰਨੇ ਦਿਨ ਬਾਕੀ ਹੈ? ਇਹ ਪਹਿਲਾਂ ਬੈਠ ਆ ਬਾਈ। ਠੀਕ ਹੈ। 12 ਤੋਂ 15 ਦਿਨ ਹਜੇ ਲੈ ਜੂਗੀ ਪਹਿਲਾ ਸੂਆ। ਹਾਂਜੀ। ਠੀਕ ਹੈ। ਇਹਦਾ ਰੇਟ ਕੀ ਰੱਖਾਂਗੇ? ਰੇਟ ਬਾਈ ਇਹਦਾ 50,000 ਰੁਪਏ। 50,000। ਖੋਲੀ ਇਹਨੂੰ ਬਾਈ, ਤੋਰ ਕੇ ਦਿਖਾਈਏ। ਦੋਸਤੋ 50,000 ਡਿਮਾਂਡ ਹੈ, ਮੀਡੀਅਮ ਹਾਈਟ ਦੀ ਹੈ, ਥਣ ਹੱਥੀ ਚੁਆਈ ਵਾਸਤੇ ਬਹੁਤ ਸੋਹਣਾ ਕੱਢੂਗੀ। ਹਜੇ 12 ਤੋਂ 15 ਦਿਨ ਲੈਂਦੀ ਹੈ, ਕੱਚੀ ਵੈੜ ਹੈ ਇਹ। ਹਵਾਨਾ ਬਹੁਤ ਸੋਹਣਾ ਬਣਾਉਣਾ ਸ਼ੁਰੂ ਕੀਤਾ ਹੈ, ਢਾਂਚਾ ਤੁਸੀਂ ਦੇਖ ਸਕਦੇ ਹੋ, ਹਾਈਟ ਇਹਦੀ ਦਰਮਿਆਨੀ ਹੈ। ਹਵਾਨਾ ਜਿਹੜਾ ਉਹ ਪੂਰਾ ਚੌੜਾ ਰੱਖੂਗੀ। ਬਹੁਤ ਮੋੜ ਲਾ ਵੀਰੇ, ਥਣ ਹੱਥੀ ਚੁਆਈ ਵਾਸਤੇ ਸੋਹਣਾ ਦਿਸਦਾ। ਪਹਿਲੇ ਨੰਬਰ ਤੇ ਤੁਸੀਂ ਪਹਿਲੀ ਵੈੜ ਦੇਖ ਰਹੇ ਹੋ, ਇਹਦਾ ਰੇਟ 50,000 ਰੱਖਿਆ। ਗਾਵਾਂ ਤੋਂ ਬਿਨਾਂ ਦੱਸੋ, ਇੱਧਰ ਮੈਂ ਕੈਮਰਾ ਮਾਰ ਦਿੰਦਾ, ਘੋੜਿਆਂ ਦਾ ਵੀ ਸ਼ੌਂਕ ਆ ਵੀਰ ਨੂੰ। ਇੱਧਰ ਜਿਹੜਾ ਮਾਰਵਾੜੀ ਨਸਲ ਦੇ ਘੋੜੇ, ਜਿਹੜੇ ਘੋੜੀਆਂ ਉਹ ਵੀ ਰੱਖੀਆਂ ਹੋਈਆਂ, 3-4 ਨਾਗ ਇੱਥੇ ਹੈਗੇ ਆ। ਇਹਦੋਂ ਅੱਗੇ ਇੱਕ ਵਾਈਟ ਕਲਰ ਦੀ ਵੱਛੀ ਆ, ਉਹਦੇ ਬਾਰੇ ਜਾਣਕਾਰੀ ਲੈਣੀ। ਜਿਹੜੀ 2 ਨੰਬਰ ਤੇ ਵੱਛੀ ਆ ਬਾਈ, ਇਹ ਕਿੰਨਵਾਂ ਸੂਆ? ਇਹ ਵੀ ਪਹਿਲਣੀ ਆ ਜੀ। ਪਹਿਲਾ ਸੂਆ ਹੀ ਆ। ਇਹ ਦਿਨ ਕਿੰਨੇ ਲੈ ਜੂਗੀ ਇਹ ਵੱਛੀ ਬਾਈ? ਲੈ ਜੂ 10 ਦਿਨ। 10 ਦਿਨ ਹਜੇ ਲੈ ਜੂਗੀ। ਠੰਡੀ ਠੰਡੀ ਬਹੁਤ ਆ ਬਾਈ, ਜਰਸੀ ਕ੍ਰੋਸ ਵੱਛੀ ਆ। ਠੀਕ ਹੈ। ਇਹਦਾ ਰੇਟ ਕੀ ਰੱਖਾਂਗੇ? ਇਹਦਾ ਰੇਟ ਆ ਬਾਈ 45,000 ਰੁਪਏ। ਖੋਲੀ ਨੂੰ ਦੱਸੋ, ਸੋਹਣੇ ਹਵਾਨੇ ਦੀ ਆ, ਸੋਹਣਾ ਢਾਂਚਾ, ਸਾਹਮਣੇ ਤੁਸੀਂ ਦੇਖ ਹੀ ਲੈਣਾ, ਕ੍ਰੋਸ ਆ, ਜਰਸੀ ਬਰੀਡ। ਪਹਿਲਾ ਸੂਆ ਇਸ ਵੱਛੀ ਨੇ ਸੁਣਾ, ਥਣ ਇਹਦਾ ਵੀ ਹੱਥੀ ਚੁਆਈ ਵਾਲਾ ਬਹੁਤ ਸੋਹਣਾ। ਹਾਈਟ ਦੱਸੋ ਜਰਸੀ ਗਾਵਾਂ ਵਾਲੀ, ਵੱਖਰਾ ਜਿਹਾ ਰੰਗ ਹੈ ਤੇ ਵੱਖਰੀ ਜੀ ਵੱਛੀ। 45,000 ਰੇਟ, ਬਹੁਤ ਸੋਹਣਾ ਹਵਾਨਾ ਤੇ ਸੋਹਣਾ ਰੰਗ ਰੂਪ ਹੈ। ਜਰਸੀ ਇਹ ਕ੍ਰੋਸ ਹੈ, ਠੰਡੀ ਸੀਲ ਫੁੱਲ ਹੈ, ਹਵਾਨਾ ਤੁਸੀਂ ਦੇਖ ਸਕਦੇ ਹੋ। 45,000 ਇਹਦਾ ਰੇਟ ਦੱਸੋ ਵੀਰ ਨੇ ਕੀਤਾ, ਜਿਹਨੂੰ ਪਸੰਦ ਆਵੇ ਤਾਂ ਆ ਕੇ ਤੁਸੀਂ ਦੇਖ ਲਓ, ਜੇ ਆਪ ਨਿਰਖ ਪਰਖ ਕਰਨੀ ਹੈ। ਹਵਾਨਾ ਤੁਹਾਨੂੰ ਮੈਂ ਫੇਰ ਦਿਖਾ ਦਿੰਦਾ, ਬਹੁਤ ਸੋਹਣਾ ਬਣਾ ਰਹੀ ਹੈ, ਜੇ ਇਹਦੇ ਨਾਲ ਲੈਂਦੀ ਹੈ ਸੋਨ ਚ। ਠੰਡੀ ਠੰਡੀ ਬਹੁਤ ਆਵੇ, ਠੰਡੀ ਸੀਲ ਫੁੱਲ ਆ ਦੋਸਤੋ, ਤੁਸੀਂ ਦੇਖ ਸਕਦੇ ਹੋ। ਬਸ ਠੀਕ ਹੈ ਵੀਰੇ, ਓਕੇ। ਸੋ ਇਹ ਬਹੁਤ ਸੋਹਣੀ ਵੱਛੀ ਹੈ, 45,000 ਇਹਦਾ ਮੁੱਲ ਵੀਰ ਨੇ ਕੀਤਾ। ਇਹਦੋਂ ਅੱਗੇ ਇੱਕ ਜਰਸੀ ਵੈੜ ਹੈ, ਇਹ ਕਿੰਨਵਾਂ ਸੂਆ ਬਾਈ? ਇਹ ਦੂਜਾ ਸੂਆ ਸੂਗੀ। ਦਿਨ ਕਿੰਨੇ ਲਊਗੀ? ਦਿਨ ਬਾਈ ਇਹ 7 ਤੋਂ 8 ਦਿਨ ਲਊ। ਠੀਕ ਹੈ। ਇਹਦਾ ਰੇਟ ਕੀ ਰੱਖਾਂਗੇ? ਇਹਦਾ ਰੇਟ ਬਾਈ 50,000 ਰੁਪਏ। ਖੋਲੀ ਨੂੰ 50,000 ਰੇਟ, 7-8 ਦਿਨ ਹਜੇ ਵੀ ਲੈਂਦੀ ਹੈ। ਪਹਿਲੇ ਸੂਏ ਬਾਈ 15-16 ਕਿਲੋ ਦੁੱਧ ਕੱਢਿਆ। 15-16 ਕਿਲੋ ਵੀਰ ਦੱਸ ਰਿਹਾ, ਪਹਿਲੇ ਸੂਏ ਦੁੱਧ ਕੱਢਿਆ ਤੇ ਦੂਜੇ ਸੂਏ ਚ 7-8 ਦਿਨ ਲੈਣੇ ਆ। 50,000 ਰੇਟ ਹੈ, ਜਰਸੀ ਬਰੀਡ ਪਿਓਰ, ਢਾਂਚਾ ਚੰਗਾ, ਹਵਾਨਾ ਜਿਹੜਾ ਉਹ 7-8 ਦਿਨਾਂ ਚ ਤਿਆਰ ਕਰਨਾ, ਇਸ ਟਾਈਮ ਵੀ ਸੋਹਣਾ ਦਿਸਦਾ। ਸੋ ਸੋਹਣੀ ਵੈੜ ਹੈ ਵੀ, ਜਰਸੀ ਬਰੀਡ 50,000 ਰੇਟ। ਪਹਿਲੀ ਵੀਡੀਓ ਦੱਸੋ ਵੀਰ ਕੋਲੋਂ ਆਪਾਂ ਬਣਾ ਰਹੇ ਹਾਂ, ਰੇਟ ਜਿਹੜੇ ਉਹ ਵਿਕਰੀ ਵਾਲੇ ਵੀਰ ਕਰ ਰਿਹਾ, ਕੋਈ ਬਹੁਤਾ ਜਿਹੜਾ ਉਹ ਜ਼ਿਆਦਾ ਫਰਕ ਵਾਲੇ ਰੇਟ ਜਿਹੜੇ ਉਹ ਨਹੀਂ ਵੀਡੀਓ 'ਚ ਹੋਣਗੇ। ਇੱਕ ਹੋਰ ਕ੍ਰੋਸ ਬਰੀਡ 'ਚ ਗਾਂ
ਵੀਰ ਕੋਲ ਵਿਕਰੀ ਵਾਲੀ ਹੈ ਇਹ ਕਿੰਨਵਾਂ ਸੂਆ ਸੁਣਦੀ ਹੈ ਬਾਈ ਇਹ ਸੂਆ ਬਾਈ ਆਪਾਂ ਨੂੰ ਤੀਜਾ ਕਹਿ ਕੇ ਦਿੱਤੀ ਹੈ ਤੀਜਾ ਸੂਆ ਦਿਨ ਕਿੰਨੇ ਲੈ ਜੂਗੀ ਦਿਨ ਬਾਈ ਇਹ ਲੈ ਜੂ 12 ਤੋਂ 13 ਦਿਨ ਠੀਕ ਹੈ ਇਹਦਾ ਰੇਟ ਕੀ ਰੱਖਾਂਗੇ ਆਪਾਂ ਇਹਦਾ ਰੇਟ ਵੀ ਬਾਈ 50000 ਰੁਪਏ ਤੋਰੀ ਮੇ 50000 ਹੀ ਰੇਟ ਹੈ ਇਹਦਾ ਥਣ ਬਹੁਤ ਸੋਹਣਾ ਹੱਥੀਂ ਚਵਾਈ ਵਾਸਤੇ ਤੀਜਾ ਸੂਆ ਵੀਰ ਦੱਸਦਾ ਮਾਲਕਾਂ ਨੇ ਇਹ ਗਾਂ ਦੱਸੀ ਹੈ ਦਿਨ ਇਹ ਵੀ 10 ਤੋਂ 12 ਲੈਂਦੀ ਹੈ 18 ਲੀਟਰ ਦੁੱਧ ਵੀਰ ਕਹਿੰਦਾ ਦੂਜੇ ਸੂਏ 'ਚ ਦਿੱਤਾ ਹੈ 50000 ਇਹਦਾ ਰੇਟ ਹੈ ਢਾਂਚਾ ਇਹਦਾ ਤੁਸੀਂ ਵੀਡੀਓ 'ਚੋਂ ਦੇਖ ਸਕਦੇ ਹੋ ਥਣ ਬਹੁਤ ਸੋਹਣੇ ਆ ਅਤੇ ਹਵਾਨਾ ਵੀ ਚੰਗਾ ਭਰ ਜੂਗੀ ਰੰਗ ਰੂਪ ਤੁਹਾਡੇ ਸਾਹਮਣੇ ਲਾਲ ਕਲਰ ਦੇ ਵਿੱਚ ਹੈ ਤੀਜਾ ਸੂਆ ਗਾਂ ਰੇਟ 50000 ਇਹਦੂ ਅੱਗੇ ਨਗ ਜਿਹੜੇ ਆ ਦੱਸੋ ਉਹ 3 ਮੱਝਾਂ ਵੀਰ ਕੋਲ ਵਿਕਰੀ ਵਾਲੀਆਂ ਜਿਹੜੀ ਪਹਿਲੇ ਨੰਬਰ 'ਤੇ ਮੱਝ ਦਿਖਾਊਂਗਾ ਪੱਕੇ ਹਵਾਨੇ ਦੀ ਹੈ ਚੌੜਾ ਹਵਾਨਾ ਫੁੱਲ ਦਿਸਦਾ ਅਤੇ ਹਵਾਨੇ ਦੇ ਨਾੜਾਂ ਦੋਨੇ ਪਾਸੇ ਦਿਸਣਗੀਆਂ ਇਹਦੇ ਬਾਰੇ ਡਿਟੇਲ ਪੁੱਛਦੇ ਹਾਂ ਗੁਰਵਿੰਦਰ ਬਾਈ ਇਹ ਕਿੰਨਵਾਂ ਸੂਆ ਸੂਈ ਇਹ ਬਾਈ ਦੂਜਾ ਸੂਆ ਸੂਈ ਹੈ ਝੋਟੀ ਦਿਨ ਕਿੰਨੇ ਹੋ ਗਏ ਅੱਜ ਦਿਨ ਬਾਈ ਇਹਨੂੰ 5ਵਾਂ ਸਿਮਾ ਦੇਣਾ ਅੱਜ ਹੁਣ ਦੁੱਧ ਕਿੰਨਾ ਹੋਊਗਾ ਹੁਣ ਦੁੱਧ ਬਾਈ 13 ਪਲੱਸ ਆ 13 ਕਿਲੋ ਤੋਂ ਬਾਹਰ ਹੈਗਾ ਹਾਂਜੀ ਹਾਂਜੀ ਕੀ ਰੇਟ ਰੱਖੇਗਾ ਇਹਦਾ ਰੇਟ ਬਾਈ ਇਹਦਾ 1,05,000 ਬੱਚਾ ਕੀ ਹੈ ਇਹਦਾ ਬੱਚਾ ਇਹਦੇ ਮਗਰ ਜੀ ਕੱਟੀ ਹੈ ਜੀ ਕੱਟੀ ਖੁੱਲੀ ਦੂਜਾ ਸੂਆ 5-6 ਦਿਨਾਂ ਦੀ ਸੂਈ ਆ 13 ਕਿਲੋ ਤੋਂ ਬਾਹਰ ਦੁੱਧ ਇਸ ਟਾਈਮ ਹਾਜ਼ਰ ਹੈ 1,05,000 ਰੇਟ ਹੈ ਸਿੰਘ ਕੁੰਡੇ ਆ ਹਵਾਨੇ ਤੇ ਨਾੜਾਂ ਦੋਨੇ ਪਾਸੇ ਦਿਸਦੀਆਂ ਪੱਕੇ ਹਵਾਨੇ ਦੀ ਇਹ ਝੋਟੀ ਕੱਦ ਕਾਠ ਸੋਹਣਾ ਦਿਸਦਾ ਬਾਕੀ ਹਵਾਨਾ ਜਿਹੜਾ ਉਹ ਮੈਂ ਸ਼ੁਰੂਆਤ 'ਚ ਤੁਹਾਨੂੰ ਦਿਖਾ ਵੀ ਦਿੱਤਾ ਸੀ ਅਤੇ ਤੁਹਾਨੂੰ ਅੰਦਾਜ਼ਾ ਵੀ ਹੋਜੂਗਾ ਦੁੱਧ ਸੂਏ ਸਵਾਏ ਪਸ਼ੂ ਦਾ ਦੱਸਿਆ ਚੋਣ ਦੀ ਹਿੰਮਤ ਤੁਸੀਂ ਕਰਨੀ ਹੈ ਸੋ ਜਿਹੜਾ ਵੀਰ ਖਰੀਦਣਾ ਚਾਹੁੰਦਾ ਬੇਸ਼ੱਕ ਦੋ ਟਾਈਮ ਆਪਦਾ ਤਸੱਲੀ ਇੱਥੇ ਕਰ ਲਓ ਜੇ ਇਹਦੇ ਨਾਲ ਬੱਚਾ ਕੱਟੀ ਹੈ 1,05,000 ਇਹਦਾ ਰੇਟ ਹੈ ਮੌਕੇ 'ਤੇ ਥੋੜ੍ਹਾ ਬਹੁਤਾ ਮਾਨ ਤਾਨ ਹੋਊਗਾ ਹਵਾਨੇ ਅਤੇ ਨਾੜਾਂ ਦੋਨਾਂ ਸਾਈਡ ਤੋਂ ਹੀ ਦਿਸਣਗੀਆਂ ਇਸ ਸਾਈਡ ਤੋਂ ਤੁਸੀਂ ਜ਼ਰੂਰ ਦੇਖ ਸਕਦੇ ਹੋ ਇਸੇ ਤਰ੍ਹਾਂ ਹੀ ਪਰਲੇ ਪਾਸਿਓਂ ਹਵਾਨਾ ਤੁਹਾਨੂੰ ਨਜ਼ਰ ਆਉਣਾ ਦੋਸਤੋ ਨਾੜਾਂ ਇਸੇ ਤਰ੍ਹਾਂ ਹੀ ਦੂਜੀ ਸਾਈਡ 'ਤੇ ਹੈ ਸੋ ਇਹ ਚੰਗੇ ਦੁੱਧ ਵਾਲੀ ਮੱਝ ਹੈ ਪਹਿਲੇ ਨੰਬਰ 'ਤੇ ਇਦੋਂ ਅੱਗੇ ਇੱਕ ਹੋਰ ਮੱਝ ਵੀਰ ਕੋਲ ਵਿਕਰੀ ਵਾਸਤੇ ਹੈ ਇਹ ਕਿੰਨਵਾਂ ਸੂਆ ਬਾਈ ਇਹ ਬਾਈ ਤੀਜਾ ਸੂਆ ਠੀਕ ਠੀਕ ਹੈ ਤੀਜਾ ਸੂਆ ਕਿੰਨੇ ਦਿਨ ਹੋ ਗਏ ਅੱਜ ਸੂਈ ਅੱਜ ਬਾਈ ਇਹਨੂੰ ਚੌਥਾ ਦਿਨ ਸੀ ਇਹਦੇ ਥੱਲੇ ਹੁਣ ਬੋਲਾ ਕਿੰਨਾ ਖੂ ਹੁਣ ਬਾਈ ਇਹਦੇ ਥੱਲੇ ਬੋਲਾ ਤਾਂ ਸੀਗਾ 10 ਕਿਲੋ ਕੱਲੇ ਮੰਡੀ ਤੋਂ ਆਈ ਆ ਠੀਕ ਹੈ ਮੰਡੀ ਪਾਈ ਸੀ ਤੇ ਉੱਥੋਂ ਵਾਪਸ ਆਈ ਹੈ ਹਾਂਜੀ ਹਾਂਜੀ ਬੱਚਾ ਕੀ ਇਹਦੇ ਨਾਲ ਇਹਦੇ ਮਗਰ ਜੀ ਉਹ ਆ ਮੇਲ ਆ ਜੀ ਮੇਲ ਕਾਫ ਕੱਟਾ ਹੈ ਠੀਕ ਹੈ ਅੱਛਾ ਇਹਦਾ ਰੇਟ ਕੀ ਰੱਖਾਂਗੇ ਇਹਦਾ ਰੇਟ ਬਾਈ 1,10,000 ਰੁਪਏ ਖੋਲੀ ਨੂੰ ਸੋ 1,10,000 ਰੇਟ ਆ ਚੌਥੇ ਦਿਨ ਹੀ ਦੁੱਧ 10 ਕਿਲੋ ਸੀ ਪਰ ਮੰਡੀ ਵੀਰ ਲੈ ਕੇ ਗਿਆ ਸੀ ਸਾਰੇ ਹੀ ਜਾਣਦੇ ਆ ਜਦੋਂ ਮੰਡੀ ਤੋਂ 13 ਪਸ਼ੂ ਆਉਂਦਾ ਤਾਂ ਇੱਕ ਵਾਰ ਦੁੱਧ ਤੋਂ ਟੁੱਟਦਾ ਹੈ ਸੋ ਦੁਬਾਰਾ ਫੇਰ ਇਹ ਦੁੱਧ 'ਤੇ ਆਊਗੀ 1,10,000 ਰੇਟ ਆ ਹਵਾਨਾ ਸੋਹਣਾ ਇਹਦਾ ਪਰ ਹੁਣ ਕਿਉਂਕਿ ਮੰਡੀ ਤੋਂ ਮੁੜੀ ਆ ਤਾਂ 13 ਪਸ਼ੂ ਫਿੱਕਾ ਪੈ ਜਾਂਦਾ ਸੋ ਮੀਡੀਅਮ ਹਾਈਟ ਦੀ ਹੈ ਵੇਲ ਇਹਦੀ ਤੁਸੀਂ ਦੇਖ ਸਕਦੇ ਹੋ ਤੀਜਾ ਸੂਆ ਇਹ ਮੱਝ ਹਵਾਨਾ ਹੁਣ ਵੀ ਸੋਹਣਾ ਦਿਖਾਉਂਦੀ ਹੈ ਪਰ ਜਦੋਂ ਦੁਬਾਰਾ ਦੁੱਧ 'ਤੇ ਆਊਗੀ ਤਾਂ ਉਦੋਂ ਹਵਾਨਾ ਇਹਦਾ ਹੋਰ ਤਰ੍ਹਾਂ ਦਾ ਦਿਸਣਾ ਇੱਕ ਵਾਰ ਇਹ ਮੰਡੀ ਤੋਂ ਮੁੜ ਕੇ ਆਈ ਵੀ ਹੈ ਇੱਕ ਗੱਭਣ ਮੱਝ ਹੈ ਵੀਰ ਕੋਲ ਦੱਸੋ ਇਹ ਹਜੇ ਟਾਈਮ ਲੈਂਦੀ ਹੈ ਸੂਣ 'ਚ ਹਵਾਨਾ ਇਹਦਾ ਤੁਸੀਂ ਇੱਥੋਂ ਦੇਖ ਸਕਦੇ ਹੋ ਕਿੰਨਵਾਂ ਸੂਆ ਸੂਗੀ ਬਾਈ ਇਹ ਬਾਈ ਚੌਥਾ ਸੂਆ ਸੂਗੀ ਕਿੰਨੇ ਕੁ ਦਿਨ ਲੈ ਜੂ ਇਹ ਦਿਨ ਲੈ ਜੂ ਬਾਈ 10-12 10-12 ਦਿਨ ਹਜੇ ਲੈ ਜੂ ਕੀ ਰੇਟ ਰੱਖਾਂਗੇ ਇਹਦਾ ਇਹਦਾ ਰੇਟ ਬਾਈ 95,000 ਰੁਪਏ ਖੋਲੀ ਮੈਂ ਤੇਰੀ 95,000 ਰੇਟ ਹੈ ਇਹ ਬਾਈ ਆਪਣੀ ਘਰੇ ਚੋਰੀ ਵੀ ਹੈ ਪਿਛਲੀ ਵਾਰ 15 ਕਿਲੋ ਦੁੱਧ ਇਸ ਨੂੰ ਠੀਕ ਹੈ ਘਰੇ ਵੀਰ ਕਹਿੰਦਾ ਚੋਈ ਹੈ ਤੇ ਪਿਛਲੀ ਵਾਰ 15 ਕਿਲੋ ਦੁੱਧ ਇਸ ਮਾਝ ਥੱਲੋਂ ਚੋਇਆ ਦਿਨ ਹਜੇ ਲੈਂਦੀ ਹੈ ਛੋਟੇ ਕੱਦ ਕਾਠ 'ਚ ਬਾਹਲਾ ਵੱਡਾ ਕੱਦ ਨਹੀਂ ਗਾ ਪਰ ਵੇਲ ਅਤੇ ਵਜਨ ਚੰਗਾ ਦਿਸਦਾ ਸਿੰਘ ਦੱਸੋ ਥੋੜ੍ਹਾ ਖੁੱਲ੍ਹਾ ਹੋ ਕੇ ਮੁੜਿਆ ਹੋਇਆ ਚੌਥਾ ਸੂਆ ਇਹ ਮੱਝ ਹਵਾਨੇ ਦਾ ਰੁੱਖ ਜਿਹੜਾ ਉਹ ਹੁਣ ਵੀ ਸੋਹਣਾ ਦਿਸਦਾ ਹਜੇ ਦਿਨ ਇਹ ਲਊਗੀ ਇਹ ਘਰੇ ਵੀਰ ਨੇ ਚੋਈ ਹੈ ਪਿਛਲੇ ਸੂਏ ਅਤੇ 15 ਕਿਲੋ ਵਾਂਗੂ ਵੀਰ ਕਹਿੰਦਾ ਦੁੱਧ ਇਹਦੇ ਥੱਲੋਂ ਚੋਇਆ ਸੋ ਹਵਾਨਾ ਤੁਸੀਂ ਵੀਡੀਓ 'ਚੋਂ ਦੇਖ ਰਹੇ ਹੋ ਦੋਸਤੋ ਸੋਹਣਾ ਦਿਖਾ ਰਹੀ ਹੈ ਹਾਲਾਂਕਿ ਦਿਨ ਹਜੇ ਲੈਂਦੀ ਹੈ ਉੱਚੀ ਕੁਰਲੀ 'ਤੇ ਵੱਧੀ ਹੈ ਜੇ ਨੀਵੀਂ 'ਤੇ ਹੋਵੇ ਤਾਂ ਹਵਾਨਾ ਪਛਾਣ ਨੂੰ ਵੀ ਚੰਗਾ ਇਹਦਾ ਦਿਸਦਾ ਉਹ ਇੱਥੋਂ ਤੁਸੀਂ ਇਹਦਾ ਹਵਾਨਾ ਦੇਖ ਸਕਦੇ ਹੋ ਢਿੱਲ ਹਜੇ ਐਚ ਐਫ ਗਾਵਾਂ ਵਾਂਗੂ ਦੋਸਤੋ ਵੱਟ ਤੁਹਾਨੂੰ ਹਵਾਨੇ 'ਤੇ ਦਿਸਣਗੇ ਅੱਜ ਦੀ ਜਿਹੜੀ ਦੱਸੋ ਵੀਡੀਓ ਹੈ ਇਹਦੇ ਵਿੱਚ ਇਹ ਨਾਗ ਮੈਂ ਤੁਹਾਨੂੰ 7 ਦਿਖਾਏ ਹੈ ਰੂਟੀਨ 'ਚ ਪਸ਼ੂ ਆਉਂਦੇ ਆ ਪਹਿਲਾਂ ਵੀ ਵੀਰ ਤੋਂ ਪੁੱਛਿਆ ਤੁਹਾਨੂੰ ਦੱਸ ਵੀ ਦਿੱਤਾ ਵੀ ਜਿਹੜਾ ਵੀ ਪਸ਼ੂ ਉੱਥੇ ਆਉਂਦਾ ਉਹ ਇਹ ਸੋਚ ਕੇ ਲਿਆ ਜਾਂਦਾ ਵੀ ਜੇ ਨਫ਼ਾ ਦਿੱਤਾ ਤਾਂ ਵੇਚਾਂਗੇ ਨਹੀਂ ਫਿਰ ਜਿਹੜਾ ਉਹ ਘਰੇ ਦੁੱਧ 'ਤੇ ਪਸ਼ੂ ਲੱਗ ਜਾਂਦਾ ਸੋ ਗਾਵਾਂ ਜਿਹੜੀਆਂ ਉਹ ਆਮ ਫਾਰਮਰ ਦੀ ਪਸੰਦ ਦੀਆਂ ਹੈ ਰੇਟ ਵਾਲੇ ਪੱਖ ਤੋਂ ਢਾਂਚੇ ਸੋਹਣੇ ਹੈ ਰੇਟ ਦੇ ਹਿਸਾਬ 'ਤੇ ਦੇਖਦੇ ਹਾਂ ਤਾਂ ਬਿਊਟੀ ਵੀ ਇਹਨਾਂ 'ਚ ਫੁੱਲ ਆ ਬਾਕੀ ਤੁਸੀਂ ਆਪਦੀ ਸਮਝ ਦੇ ਨਾਲ ਪਸ਼ੂ ਖਰੀਦਣਾ ਧੰਨਵਾਦ ਵੀਡੀਓ ਦੇਖਣ ਲਈ